ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪੀਐਸਟੈਟ ਦੀ ਪ੍ਰੀਖਿਆ ਵਿੱਚ ਅੰਗਰੇਜ਼ੀ ਦਾ ਜਿਹੜਾ ਸਬਜੈਕਟ ਹੁੰਦਾ ਹੈ ਤੁਸੀਂ ਉਹਦੀ ਤਿਆਰੀ ਕਿਵੇਂ ਕਰ ਸਕਦੇ ਹੋ ਇਸ ਰਿਗਾਰਡਿੰਗ ਹੀ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲੈਣੇ ਆ ਪੀਐਸਟੈਟ ਦੀ ਪ੍ਰੀਖਿਆ 150 ਨੰਬਰਾਂ ਦੀ ਪ੍ਰੀਖਿਆ ਹੁੰਦੀ ਹੈ ਪਾਸ ਹੋਣ ਲਈ ਤੁਹਾਨੂੰ 90 ਨੰਬਰ ਜਾਂ ਫਿਰ 150 ਦਾ 60% ਜਿਹੜਾ ਹੈ ਉਹ ਲੈਣੇ ਹੁੰਦੇ ਆ ਐਂਡ ਅੰਗਰੇਜ਼ੀ ਤੁਹਾਨੂੰ 30 ਨੰਬਰਾਂ ਦੀ ਪੁੱਛੀ ਜਾਂਦੀ ਹੈ ਅੰਗਰੇਜ਼ੀ ਦਾ ਜਿਹੜਾ ਸਿਲੇਬਸ ਹੈ ਇਹਨੂੰ ਵੀ ਆਪਾਂ ਦੋ ਭਾਗਾਂ ਵਿੱਚ ਵੰਡਦੇ ਆਂ ਐਂਡ ਤੁਸੀਂ ਇਸ ਸੈਕਸ਼ਨ ਦੀ ਤਿਆਰੀ ਕਿਵੇਂ ਕਰ ਸਕਦੇ ਹੋ ਇਹਦੇ ਹੀ ਬਾਰੇ ਗੱਲ ਕਰਨ ਜਾ ਰਹੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਕਲਾਸ ਨੂੰ ਲਾਇਕ ਜ਼ਰੂਰ ਕਰ ਦਿਓ ਸੋ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਨੂੰ ਆਪਾਂ ਗੱਲ ਕਰ ਰਹੇ ਸੀਗੇ ਕਿ ਅੰਗਰੇਜ਼ੀ ਦਾ ਜਿਹੜਾ ਸਿਲੇਬਸ ਹੈ ਉਹ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ ਇੱਕ ਨੂੰ ਆਪਾਂ ਕਹਿੰਦੇ ਆ ਪੈਡਾਗੋਜੀ ਦੂਜਾ ਜਿਹੜਾ ਪਾਠ ਹੈ ਉਹਨੂੰ ਆਪਾਂ ਕਹ ਕੰਪਰੀਹੈਂਸ਼ਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੰਪਰੀਹੈਂਸ਼ਨ ਦੀ ਕੰਪਰੀਹੈਂਸ਼ਨ ਤੁਹਾਨੂੰ 15 ਨੰਬਰ ਦੀ ਪੁੱਛੀ ਜਾਂਦੀ ਹੈ ਭਾਵ ਇਹ ਕਿ ਤੁਹਾਨੂੰ ਦੋ ਪੈਰਾਗ੍ਰਾਫ ਇੱਥੇ ਦਿੱਤੇ ਜਾਂਦੇ ਨੇ ਜਾਂ ਫਿਰ ਪੈਸੇਜ ਦਿੱਤੇ ਜਾਂਦੇ ਨੇ ਉਹਨਾਂ ਪੈਸੇਜ ਨੂੰ ਤੁਸੀਂ ਰੀਡ ਕਰਨ ਤੋਂ ਬਾਅਦ ਉਸ ਪੈਸੇਜ ਤੋਂ ਸੰਬੰਧਿਤ ਹੀ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਹੈਗੇ ਆ ਐਂਡ ਤੁਸੀਂ ਉਹਨਾਂ ਪ੍ਰਸ਼ਨਾਂ ਦੇ ਜਿਹੜੇ ਜਵਾਬ ਹੈਗੇ ਆ ਉਹ ਦੇਣੇ ਹੁੰਦੇ ਆ ਉਹ ਪੈਸੇਜ ਪੜ੍ਹਨ ਤੋਂ ਬਾਅਦ ਐਂਡ ਆਪਾਂ ਇਸ ਪੈਸੇਜ ਦੀ ਤਿਆਰੀ ਕਿਵੇਂ ਕਰ ਸਕਦੇ ਆ ਕਿ ਤੁਹਾਨੂੰ ਕੋਈ ਵਖਰੀ ਜਿਹੜੀ ਕਿਤਾਬ ਹੈ ਕੋਈ ਸਪੈਸ਼ਲ ਕਿਤਾਬ ਲੈਣੀ ਪਵੇਗੀ ਪਰਚੇਸ ਕਰਨੀ ਪਵੇਗੀ ਜੇਕਰ ਆਪਾਂ ਇਸ ਸੈਕਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਆਂ ਸੋ ਮੇਰਾ ਜਵਾਬ ਹੈਗਾ ਬਿਲਕੁਲ ਨਹੀਂ ਤੁਹਾਨੂੰ ਕੋਈ ਵੀ ਕਿਤਾਬ ਲੈਣ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਕ ਪ੍ਰੀਵੀਅਸ ਇਅਰ ਮੰਗਾ ਸਕਦੇ ਹੋ ਐਂਡ ਉਹਨਾਂ ਪ੍ਰੀਵੀਅਸ ਇਅਰ ਦੇ ਵਿੱਚੋਂ ਹੀ ਡੇਲੀ ਦਾ ਇੱਕ ਜਿਹੜਾ ਪੈਰਾਗ੍ਰਾਫ ਹੈ ਜਾਂ ਫਿਰ ਇੱਕ ਕੰਪਰੀਹੈਂਸ਼ਨ ਹੈ ਉਹਨੂੰ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਸੀਟੈਟ ਦੇ ਜਿਹੜੇ ਪ੍ਰੀਵੀਅਸ ਇਅਰ ਹੁੰਦੇ ਹੈਗੇ ਆ ਤੁਸੀਂ ਉਹਨਾਂ ਨੂੰ ਵੀ ਸੋਲਵ ਕਰ ਸਕਦੇ ਹੋ ਅੰਗਰੇਜ਼ੀ ਦੀ ਮੈਂ ਗੱਲ ਕਰ ਰਿਹਾ ਜੇਕਰ ਤੁਸੀਂ ਡੇਲੀ ਦਾ ਇੱਕ ਪੈਰਾਗ੍ਰਾਫ ਜਾਂ ਫਿਰ ਇੱਕ ਕੰਪਰੀਹੈਂਸ਼ਨ ਨੂੰ ਸੋਲਵ ਕਰਦੇ ਹੋ ਤੁਹਾਡੀ ਅੰਗਰੇਜ਼ੀ ਦੀ ਜਿਹੜੀ ਤਿਆਰੀ ਹੈ ਇਸ ਸੈਕਸ਼ਨ ਦੇ ਵਿੱਚੋਂ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਹੋ ਜਾਣੀ ਹੈ ਪੀਐਸਟ ਦੀ ਪ੍ਰੀਖਿਆ ਤੋਂ ਪਹਿਲਾਂ ਤੁਸੀਂ ਇਸ ਸੈਕਸ਼ਨ ਦੇ ਵਿੱਚ ਬਹੁਤ ਵਧੀਆ ਸਕੋਰ ਕਰ ਸਕਦੇ ਹਾਂ ਜੇਕਰ ਤੁਸੀਂ ਮੇਰੀਆਂ ਕਹੀਆਂ ਗੱਲਾਂ ਨੂੰ ਫੋਲੋ ਕਰਦੇ ਹੋ ਬਸ ਤੁਸੀਂ ਡੇਲੀ ਦਾ ਇੱਕ ਜਿਹੜਾ ਪੈਰਾਗ੍ਰਾਫ ਹੈ ਉਹ ਤੁਸੀਂ ਸੋਲਵ ਕਰਨਾ ਹੈ ਐਂਡ ਇਸ ਸੈਕਸ਼ਨ ਦੇ ਜੇ ਆਪਾਂ ਡਿਟੇਲ ਵਿੱਚ ਜਾਈਏ ਤੇ ਤੁਹਾਨੂੰ ਇਹਦੇ ਵਿੱਚ ਕੰਪਰੀਹੈਂਸ਼ਨ ਤੋਂ ਸੰਬੰਧਿਤ ਕੁਐਸਚਨ ਤਾਂ ਪੁੱਛੇ ਜਾਂਦੇ ਹੀ ਆ ਐਂਡ ਬੇਸਿਕ ਜਿਹੜੀ ਗ੍ਰਾਮਰ ਹੈਗੀ ਆ ਕਈ ਵਾਰ ਉਸ ਤੋਂ ਸੰਬੰਧਿਤ ਵੀ ਕੁਐਸਚਨ ਪੁੱਛ ਲਏ ਜਾਂਦੇ ਆ ਬਟ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਜੇਕਰ ਇਹਨਾਂ ਨੇ 15 ਕੁਐਸਚਨ ਪੁੱਛੇ ਆ ਤੇ 15 ਦੇ 15 ਕੁਐਸਚਨ ਹੀ ਗ੍ਰਾਮਰ ਤੋਂ ਸੰਬੰਧਿਤ ਹੋਣਗੇ ਇਹਦੇ ਵਿੱਚੋਂ 2 ਨੰਬਰਾਂ ਤੋਂ ਲੈ ਕੇ 3 ਨੰਬਰਾਂ ਤੱਕ ਕਦੇ-ਕਦਾਈ ਗ੍ਰਾਮਰ ਵੀ ਪੁੱਛ ਲਈ ਜਾਂਦੀ ਆ ਸੋ ਇਹਦੇ ਵਿੱਚ ਵੀ ਕੋਈ ਬਹੁਤਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਜੇਕਰ ਤੁਸੀਂ ਗ੍ਰਾਮਰ ਨਹੀਂ ਵੀ ਪੜ੍ਹ ਕੇ ਜਾਂਦੇ ਫਿਰ ਵੀ ਤੁਸੀਂ ਇਸ ਸੈਕਸ਼ਨ ਦੇ ਵਿੱਚ ਕਟੋ ਕਟ 10 ਤੋਂ ਲੈ ਕੇ 12 ਜਿਹੜੇ ਨੰਬਰ ਹੈਗੇ ਆ ਤੁਸੀਂ ਉਹ ਵੀ ਸਕੋਰ ਕਰ ਸਕਦੇ ਹੋ ਐਂਡ ਇਹਦੇ ਵਿੱਚ ਕਈ ਵਾਰ ਵਰਬਲ ਐਬਿਲਟੀ ਵੀ ਪੁੱਛ ਲਈ ਜਾਂਦੀ ਹੈ ਕਈ ਵਾਰ ਤੁਹਾਡੇ ਤੋਂ ਵਰਡ ਪੁੱਛ ਲਏ ਜਾਂਦੇ ਆ ਕਿ ਇਹ ਜਿਹੜਾ ਸਪੈਸੀਫਿਕ ਵਰਡ ਸੀ ਇਹਦੇ ਐਂਟੋਨੀਮ ਦੱਸੋ ਸਿਨੋਨੀਮ ਦੱਸੋ ਜਿਹੜੇ ਪੈਰਾਗ੍ਰਾਫ ਵਿੱਚ ਆਏ ਸੀਗੇ ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈਗੇ ਆ ਇਹ ਪੀਐਸਟੈਟ ਦੇ ਕੰਪਰੀਹੈਂਸ਼ਨ ਵਾਲੇ ਸੈਕਸ਼ਨ ਵਿੱਚ ਪੁੱਛ ਲਿਆ ਜਾਂਦੀ ਹੈ ਜਿਹਦੀ ਤਿਆਰੀ ਤੁਸੀਂ ਖੁਦ ਹੀ ਕਰਨੀ ਹੈ ਐਂਡ ਡੇਲੀ ਦਾ ਇੱਕ ਪੈਰਾਗ੍ਰਾਫ ਜਾਂ ਫਿਰ ਕੰਪਰੀਹੈਂਸ਼ਨ ਸੋਲਵ ਕਰਨਾ ਹੈ ਜੇਕਰ ਆਪਾਂ ਗੱਲ ਕਰੀਏ ਪੀਐਸਟੈਟ ਦੇ ਦੂਸਰੇ ਸੈਕਸ਼ਨ ਦੀ ਇਹ ਵੀ 15 ਨੰਬਰ ਦੀ ਜਿਹੜੀ ਪੈਡਾਗੋਜੀ ਹੈ ਇਹ ਪੁੱਛੀ ਜਾਂਦੀ ਹੈ ਇਹ ਜਿਹੜਾ ਸਿਲੇਬਸ ਹੈ ਕਾਫੀ ਲਿਮਟਿਡ ਸਿਲੇਬਸ ਹੁੰਦਾ ਹੈ ਹਰ ਸਾਲ ਹੀ ਤੁਸੀਂ ਜਦੋਂ ਵੇਖਦੇ ਹੋ ਇਹ ਜਿਹੜਾ ਸਿਲੇਬਸ ਹੈ ਚੇਂਜ ਨਹੀਂ ਹੁੰਦਾ ਜਿਹੜੀਆਂ ਟਰਮਸ ਪਹਿਲਾਂ ਪੁੱਛੀਆਂ ਜਾਂਦੀਆਂ ਸੀ ਹੁਣ ਵੀ ਉਹੀ ਪੁੱਛੀਆਂ ਜਾਂਦੀਆਂ ਨੇ ਲਿਸਨਿੰਗ ਸਪੀਕਿੰਗ ਰੀਡਿੰਗ ਰਾਈਟਿੰਗ ਜਿਹੜੀਆਂ ਲੈਂਗੁਏਜ ਸਕਿਲਸ ਹੁੰਦੀਆਂ ਨੇ ਕਈ ਵਾਰ ਇਹਨਾਂ ਤੋਂ ਸੰਬੰਧਿਤ ਕੁਐਸਚਨ ਵੀ ਪੁੱਛ ਲਏ ਜਾਂਦੇ ਆ ਲਰਨਿੰਗ ਐਂਡ ਐਕਵਾਇਜ਼ੀਸ਼ਨ ਆਫ ਲੈਂਗੁਏਜ ਦੇ ਰਿਗਾਰਡਿੰਗ ਵੀ ਜਿਹੜੇ ਪ੍ਰਸ਼ਨ ਹੈਗੇ ਆ ਇਹ ਵੀ ਪੁੱਛ ਲਏ ਜਾਂਦੇ ਆ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ ਦੇ ਰਿਲੇਟਡ ਵੀ ਪ੍ਰਸ਼ਨ ਬਣ ਜਾਂਦੇ ਹੁੰਦੇ ਆ ਤੁਸੀਂ ਇਹਨਾਂ ਲਈ ਕੀ ਕਰ ਸਕਦੇ ਹੋ ਇਹਨਾਂ ਲਈ ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਹੁੰਦੇ ਹੈਗੇ ਆ ਉਹਨਾਂ ਦੀ ਜਿਹੜੀ ਤਿਆਰੀ ਹੈ ਉਹ ਚੰਗੇ ਤਰੀਕੇ ਨਾਲ ਕਰ ਸਕਦੇ ਹੋ ਪ੍ਰੀਵੀਅਸ ਈਅਰ ਨੂੰ ਵੀ ਤੁਸੀਂ ਕਿਵੇਂ ਪੜ੍ਹਨਾ ਹੈ ਪੀ ਪ੍ਰੀਵਿਅਸ ইয়ার ਨੂੰ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਕੇ ਪੜ੍ਹਨਾ ਹੈ ਜਿਵੇਂ ਮੰਨ ਲਓ ਉਹਦੇ ਵਿੱਚ ਕੋਈ ਟਰਮ ਆ ਜਾਂਦੀ ਹੈ ਲੈਂਗੁਏਜ ਸਕਿਲਸ ਆ ਜਾਂਦੀਆਂ ਨੇ ਸੋ ਉਹਨਾਂ অপਸ਼ਨਾਂ ਨੂੰ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਡਿਟੇਲ ਵਿੱਚ ਜੇਕਰ ਤੁਸੀਂ ਸਮਝਦੇ ਹੋ ਫਿਰ ਤੁਹਾਨੂੰ ਕੋਈ ਵੀ ਜਿਹੜੀ ਕਿਤਾਬ ਹੈਗੀ ਆ ਇਸ ਸੈਕਸ਼ਨ ਦੇ ਲਈ ਉਹ ਪਰਚੇਸ ਕਰਨ ਦੀ ਲੋੜ ਨਹੀਂ ਹੈ ਤੁਸੀਂ ਘਰੇ ਬੈਠੇ ਹੀ ਇਸ ਸੈਕਸ਼ਨ ਦੀ ਜਿਹੜੀ ਤਿਆਰੀ ਹੈ ਜਾਂ ਫਿਰ ਅੰਗਰੇਜ਼ੀ ਸਬਜੈਕਟ ਦੀ ਤਿਆਰੀ ਤੁਸੀਂ ਆਪ ਹੀ ਕਰ ਸਕਦੇ ਹੋ ਬਾਕੀ ਕਾਫੀ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਪ੍ਰੀਵਿਅਸ ইয়ার ਤੋਂ ਸੰਬੰਧਿਤ ਉਹ ਤੁਹਾਨੂੰ ਆਪਣੇ ਚੈਨਲ ਤੇ ਵੀ ਮਿਲ ਜਾਣਗੀਆਂ ਕੁਝ ਅੰਗਰੇਜ਼ੀ ਦੀਆਂ ਥਿਉਰੀ ਦੀਆਂ ਕਲਾਸਿਸ ਵੀ ਆਪਣੇ ਇਸ ਚੈਨਲ ਤੇ ਤੁਹਾਨੂੰ ਅਵੇਲੇਬਲ ਕਰਵਾ ਦਿੱਤੀ ਜਾਣਗੀਆਂ ਸੋ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਾਂਗੇ ਖਤਮ ਉਮੀਦ ਮੈਂ ਇਹੀ ਕਰੂੰਗਾ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਅੰਗਰੇਜ਼ੀ ਸੈਕਸ਼ਨ ਦੇ ਵਿੱਚ ਵਧੀਆ ਸਕੋਰ ਹੀ ਕਰੋਗੇ ਐਂ ਤੁਹਾਨੂੰ ਕੋਈ ਮੁਸ਼ਕਲ ਜਾਂ ਫਿਰ ਦਿੱਕਤ ਨਹੀਂ ਆਵੇਗੀ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਐਂਡ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਦੇ ਆ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all